ਅੱਠ ਪਹਿਰ ਲੋਕਾਏ ਕੇ ਰੱਖਿਓ ਨੇ, ਦਿਨ ਦੂਜੇ ਰਾਣੀ ਚੰਦ ਕੌਰ ਆਈ। ਖੜਗ ਸਿੰਘ ਦਾ ਮੋਲ ਦਰੇਗ ਨਾਹੀ, ਕੌਰ ਸਾਹਿਬ ਤਾਈ ਉੱਥੇ ਰੋਣ ਆਈ। ਮ੍ਰਿਤ ਹੋਇਆ ਤੇ ਕਰੋ ਸਸਕਾਰ ਇਸ ਦਾ, ਰਾਣੀ ਆਖਦੀ ਤੁਸਾਂ ਕਿਉਂ ਦੇਰ ਲਾਈ। ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ, ਜਿਹਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈ। ਸ਼ੇਰ ਸਿੰਘ ਨੂੰ ਕਿਸੇ ਜਾ ਖਬਰ ਦਿੱਤੀ, ਜਿਹਦਾ ਮੋਇਆ ਭਤੀਜਾ ਵੀਰ ਯਾਰੋ। ਹੁਣ ਤੁਰਤ ਬਟਾਲਿਓਂ ਕੂਚ ਕੀਤਾ, ਰਾਹੀਂ ਆਮਦਾ ਕਤਵ ਹੀਰ ਯਾਰੋ। ਜਦੋਂ ਆਣ ਕੇ ਹੋਇਆ ਲਾਹੌਰ ਦਾਖਲ, ਅੱਖੀਂ ਰੋਵੇ ਪਲਟਦਾ ਨੀਰ ਯਾਰੋ। ਸ਼ਾਹ ਮੁਹੰਮਦਾ ਲੋਕ ਦਿਲਬਰੀ ਦਿੰਦੇ, ਚੰਦ ਕੌਰ ਹੋਈ ਦਿਲਗੀਰ ਯਾਰੋ। ਦਿੱਤੇ ਸੰਤਰੀ ਚਾਰ ਖਲਾਰ ਚੋਰੀ, ਸ਼ੇਰ ਸਿੰਘ ਅੰਦਰ ਅੱਜ ਆਵਣਾ ਜੇ। ਤੁਰਤ ਫੂਕਦੇ ਹੋ ਤੁਸੀਂ ਕਰਾਬੀਨਾ, ਪਰਗ ਵਿੱਚ ਹੀ ਮਾਰਗ ਵਾਵਣਾ ਜੇ। ਸ਼ੇਰ ਸਿੰਘ ਨੂੰ ਰਾਜੇ ਨੇ ਖਬਰ ਦਿੱਤੀ, ਅੰਦਰ ਅੱਜ ਹਜ਼ੂਰ ਨਾ ਆਵਣਾ ਜੇ। ਸ਼ਾਹ ਮੁਹੰਮਦ ਆ ਜੇ ਨਾ ਜ਼ੋਰ ਤੇਰਾ, ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ। ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ, ਦਗੇਬਾਜ਼ੀਆਂ ਹੋਰ ਬਥੇਰੀਆਂ ਨੀ। ਹੁਣ ਤੁਰਤ ਲਾਹੌਰ ਥੀ ਕੂਚ ਕੀਤਾ, ਬੈਠਾ ਜਾਏ ਕੇ ਵਿੱਚ ਮੁਕੇਰੀਆਂ ਨੀ। ਪਿੱਛੇ ਰਾਜ ਬੈਠੀ ਰਾਣੀ ਚੰਦ ਕੌਰਾਂ, ਦੇਂਦੇ ਆਏ ਮੋ ਸਾਹਿਬ ਜ਼ਰੇਰੀਆਂ ਨੀ। ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ, ਕਿਲੇ ਕੋਟ ਤੇ ਰਈਅਤਾਂ ਤੇਰੀਆਂ ਨੀ। ਰਾਜੇ ਲਸ਼ਕਰਾਂ ਵਿੱਚ ਸਲਾਹ ਕੀਤੀ, ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ। ਉਹ ਹੈ ਪੁੱਤਰ ਸਰਕਾਰ ਦਾ ਫਤਿਹ ਜੰਗੀ, ਗੱਦੀ ਉਸ ਨੂੰ ਚਾਹੇ ਬਹਾਈਏ ਜੀ। ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ, ਜਿਸ ਨੂੰ ਕਹੇ ਸੋ ਫਤਿਹ ਬੁਲਾਈਏ ਜੀ। ਸ਼ਾਹ ਮੁਹੰਮਦ ਆ ਗੱਲ ਜੋ ਮੂੰਹੋਂ ਕੱਢੇ, ਇਸੇ ਵਕਤ ਹੀ ਤੁਰਤ ਮੰਗਾਈਏ ਜੀ। ਬਾਈਆਂ ਦਿਨਾਂ ਦੀ ਰਾਜੇ ਨੇ ਲਈ ਰੁਖਸਤ, ਤਰਫ ਜੰਮੂ ਦੀ ਹੋਏ ਨੀ ਕੂਚ ਡੇਰੇ। ਸ਼ੇਰ ਸਿੰਘ ਤਾਈ ਲੇ ਕੱਲੀ ਚਿੱਠੇ, ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ। ਤੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ, ਅੱਗੋਂ ਆਏ ਮਿਲਸਣ ਤੈਨੂੰ ਸਭ ਡੇਰੇ। ਸ਼ਾਹ ਮੁਹੰਮਦਾ ਮਿਲਣਗੇ ਸਭ ਅਫਸਰ, ਜਿਸ ਵੇਲੜੇ ਸ਼ਹਿਰ ਦੇ ਨਾਏ ਨੇੜੇ। ਸ਼ੇਰ ਸਿੰਘ ਨੇ ਰਾਜੇ ਦਾ ਖਤ ਪੜ ਕੇ, ਫੌਜਾਂ ਤੁਰਤ ਲਾਹੌਰ ਨੂੰ ਕੱਲੀਆਂ ਨੀ। ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ, ਤੂੜਾਂ ਉੱਡ ਕੇ ਕਟਾਹੋ ਚੱਲੀਆਂ ਨੀ। ਆਵੇ ਬੁੱਧੂ ਦੇ ਪਾਸ ਨੀ ਲਾਏ ਡੇਰੇ, ਫੌਜਾਂ ਲੱਥੀਆਂ ਆਣੇ ਕੱਲੀਆਂ ਨੀ। ਸ਼ਾਹ ਮੁਹੰਮਦ ਆਣ ਜਾਂ ਰੱਥ ਪਹੁੰਚੇ, ਗੱਲਾਂ ਸ਼ਹਿਰ ਲਾਹੌਰ ਵਿੱਚ ਚੱਲੀਆਂ ਨੀ। ਸ਼ੇਰ ਸਿੰਘ ਫਿਰ ਬੁੱਧੂ ਦੇ ਆਵਿਓ ਜੀ, ਕਰ ਤੁਰਮ ਲਾਹੌਰ ਵੱਲ ਤਾ ਆਈ। ਫਲੇ ਪੜਤਨਾ ਦੇ ਅੱਗੋਂ ਪਾੜ ਕੇ ਜੀ, ਸ਼ੇਰ ਸਿੰਘ ਨੂੰ ਤੁਰਤ ਲੰਘਾ ਆਈ। ਉਸ ਬਲੀ ਸ਼ਹਿਜਾਦੇ ਦਾ ਤੇਜ ਭਾਰੀ, ਜਿਸ ਕਿਲੇ ਨੂੰ ਮੋਰਚਾ ਲਾ ਆਈ। ਸ਼ਾਹ ਮੁਹੰਮਦ ਆ ਹਾਰ ਕੇ ਵਿਚਲਿਆਂ ਨੇ, ਸ਼ੇਰ ਸਿੰਘ ਨੂੰ ਤਖ਼ਤ ਬੈਠਾ ਆਈ। ਸ਼ੇਰ ਸਿੰਘ ਗੱਦੇ ਉੱਤੇ ਆਣ ਬੈਠਾ, ਰਾਣੀ ਕੈਦ ਕਰਕੇ ਕਿਲੇ ਵਿੱਚ ਪਾਈ। ਘਰ ਬੈਠਿਆਂ ਰੱਬ ਨੇ ਰਾਜ ਦਿੱਤਾ, ਉਹ ਤਾਂ ਮੱਲ ਬੈਠਾ ਸਾਰੀ ਪਾਤਸ਼ਾਹੀ। ਬਰਸ ਹੋਇਆ ਜਦ ਉਸ ਨੂੰ ਕੈਦ ਹੋਇਆ, ਰਾਣੀ ਦਿਲ ਦੇ ਵਿਖੇ ਜੋ ਜਿੱਚਿਆ ਹੀ। ਸ਼ਾਹ ਮੁਹੰਮਦ ਆ ਮਾਰ ਕੇ ਚੰਦ ਕੌਰਾਂ, ਸ਼ੇਰ ਸਿੰਘ ਨੇ ਗਲੋਂ ਬੁਲਾਏ ਲਾਹੀ। ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ, ਲਿਆ ਖੋ ਲਾਹੌਰ ਜੋ ਰਾਣੀਆਂ ਥੀ। ਸੰਧਾਂ ਵਾਲੀਆਂ ਦੇ ਦੇਸ਼ੋਂ ਪੈਰ ਖਿਸਕੇ, ਜਾ ਕੇ ਪੁੱਛ ਲੈ ਰਾਹ ਪਦਾਣੀਆਂ ਥੀ। ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,
ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀ। ਸ਼ਾਹ ਮੁਹੰਮਦਾ ਜੰਮਿਆ ਅਲੀ ਅਕਬਰ, ਆਂਦਾ ਬਾਪ ਨੂੰ ਕਾਲੀਆਂ ਪਾਣੀਆਂ ਥੀ।